ਸਾਡੇ ਸਰਕਾਰ ਬਿਲਕੁਲ ਨਕੰਮੀ ਹੈ। ਤੁਸੀਂ ਸਾਫ਼ ਪਾਣੀ ਨਹੀਂ ਪੀਣ ਨੂੰ ਦੇ ਸਕਦੇ, ਸਹੀ ਗੱਲ ਹੈ। ਸਾਨੂੰ ਟਾਈਮ ਤੇ ਤੁਸੀਂ ਬਿਜਲੀ ਨਹੀਂ ਦੇ ਸਕਦੇ। ਉਹ ਯਾਰ ਹੋਰ ਗੱਲਾਂ ਛੱਡੋ, ਤੁਸੀਂ ਦਵਾਈ ਵੀ ਨਹੀਂ ਦੇ ਸਕਦੇ। ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ, ਬਲਵੀਰ ਸਿੱਧੂ ਨੂੰ ਘਰੇ ਜਾਣਾ ਚਾਹੀਦਾ। ਕੱਲ ਦਾ ਮੈਂ ਭੜਕਦਾ ਫਿਰਦਾ ਹੈਗਾ, ਠੀਕ ਹੈ ਜੀ, ਤੇ ਮੈਨੂੰ ਕੋਈ ਦਵਾਈ ਨਹੀਂ ਕੋਈ ਦੇ ਰਿਹਾ ਹੈਗਾ। ਮਗਰ 5-6 ਜਣੇ ਖਾਣ ਵਾਲੇ ਆ, ਦਿਹਾੜੀ ਛੱਡ ਕੇ ਖੜੇ ਲੈਣ 'ਚ, ਇੰਨੇ ਦੁਖੀਆਂ ਗੱਲਾਂ ਹੀ ਛੱਡ ਦਿਓ, ਸਾਡੀ ਮਿਹਨਤ ਆ ਜੀ, ਦਵਾਈ ਸਾਨੂੰ ਦਿਓ। 40 ਕੋ ਤੋਂ ਆਏ ਜੀ, 40 ਕੋ ਤੋਂ ਅਸੀਂ। ਬਲਵੀਰ ਸਿੱਧੂ ਆ ਜਾ, ਚੋਰ ਆ, ਚੋਰ ਵੱਡਾ। ਹਾਂ, ਮੇਰੀ 80 ਸਾਲ ਦੀ ਉਮਰ ਹੈ, 80 ਸਾਲ ਦੀ, ਅਤੇ ਵੇਖੋ ਇੱਥੇ ਖੜਨਾ ਸੌਖਾ। ਹਾਂ, ਦੋਵੇਂ ਚੁਗਣੇ ਟੁੱਟੇ ਮੇਰੇ, ਅਤੇ ਫਿਰ ਇਹਨੂੰ ਕੀ ਸਹੂਲਤ ਦਿੰਦੇ ਕਿਸੇ ਨੇ। ਇਹ ਤਸਵੀਰਾਂ ਹਨ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਬਣੇ ਓਟ ਸੈਂਟਰ 'ਚ ਦਵਾਈ ਲੈਣ ਪੁੱਜੇ ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ। ਅਸੀਂ ਅਕਸਰ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਓਟ ਸੈਂਟਰਾਂ ਵਿੱਚ ਨਸ਼ਾ ਛੱਡਣ ਦਾ ਫੈਸਲਾ ਕਰ ਚੁੱਕੇ ਵਿਅਕਤੀਆਂ ਨਾਲ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਹਾਂ। ਪਹਿਲਾਂ ਜ਼ਿਲ੍ਹਾ ਤਰਨ ਤਾਰਨ, ਫਿਰ ਜ਼ਿਲ੍ਹਾ ਮੋਗਾ ਅਤੇ ਅੱਜ ਜ਼ਿਲ੍ਹਾ ਫਰੀਦਕੋਟ। ਅੱਜ ਕੋਟਕਪੂਰਾ ਵਿਖੇ ਜਦੋਂ ਸਾਡੇ ਪੱਤਰਕਾਰ ਵੱਲੋਂ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਿਹੜੇ ਨਸ਼ਾ ਛਡਾਊ ਕੇਂਦਰ ਜਾਂ ਓਟ ਸੈਂਟਰ ਖੋਲ੍ਹੇ ਗਏ ਸਨ, ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਜਿਹੜਾ ਓਟ ਸੈਂਟਰ ਖੋਲ੍ਹਿਆ ਸੀ, ਉੱਥੋਂ ਦੇ ਡਾਕਟਰਾਂ ਦਾ ਕਹਿਣਾ ਕਿ ਪਹਿਲਾਂ ਅਸੀਂ 5 ਦਿਨ ਦੀ ਦਵਾਈ ਦਿੰਦੇ ਸੀ, ਪਰ ਕੱਲ੍ਹ ਤੋਂ ਸਾਨੂੰ ਦਵਾਈ ਦੀ ਸਪਲਾਈ ਨਹੀਂ ਹੋ ਰਹੀ, ਇਸ ਕਰਕੇ ਅਸੀਂ 1 ਦਿਨ ਦੀ ਸਪਲਾਈ ਦਿੰਦੇ ਹਾਂ। ਪਰ ਇੱਥੇ ਜਿਹੜੇ ਦਵਾਈ ਲੈਣ ਲਈ ਆਉਂਦੇ ਨੇ, ਕਹਿੰਦੇ ਜੇ ਅਸੀਂ ਨਿਸ਼ਚਾ ਕਰ ਹੀ ਚੁੱਕੇ ਹਾਂ ਨਸ਼ਾ ਛੱਡਣ ਦਾ, ਤਾਂ ਅਸੀਂ ਕਦੋਂ ਕਾਰੋਬਾਰ ਕਰੀਏ, ਕਦੋਂ ਘਰ ਦਾ ਆਪਣਾ ਗੁਜ਼ਾਰਾ ਚਲਾਈਏ, ਸਾਡੀ ਸਾਰੀ ਦਿਹਾੜੀ ਇੱਥੇ ਖਤਮ ਹੋ ਜਾਂਦੀ ਹੈ। ਮੈਂ ਬਲਰਾਜ ਸਿੰਘ ਨਾਂ ਜੀ। ਹਾਂ ਬਲਰਾਜ ਸਿੰਘ ਜੀ, ਕੀ ਕਹਿਣਾ? ਕੱਲ੍ਹ ਦਾ ਭੜਕਦਾ ਫਿਰਦਾ ਹੈਗਾ, ਇਹਦੇ 'ਚ ਕੱਲ੍ਹ ਦਾ ਮੈਂ ਭੜਕਦਾ ਫਿਰਦਾ ਹੈਗਾ, ਠੀਕ ਹੈ ਜੀ, ਅਤੇ ਮੈਨੂੰ ਕੋਈ ਦਵਾਈ ਨਹੀਂ ਕੋਈ ਦੇ ਰਿਹਾ ਹੈਗਾ, ਨਾ ਮੇਰੇ ਕੋਲ ਪੈਸਾ ਨਾ ਧੇਲਾ, ਅਤੇ ਮੈਂ ਹੁਣ ਕੀ ਕਿੱਥੋਂ ਖਾਵਾਂ? ਪਹਿਲੇ ਤਾਂ ਲਾਤੀ ਮੈਨੂੰ ਸ਼ੀਸ਼ੇ ਤੋਂ, ਉਹਦੀ ਚਾਲੂ ਹੋਈ ਦਵਾਈ। ਹਾਂਜੀ, ਕੀ ਮਹਾਰਾਜ, ਮਗਰ 5-6 ਜਣੇ ਖਾਣ ਵਾਲੇ ਆ, ਦਿਹਾੜੀ ਛੱਡ ਕੇ ਖੜੇ ਲੈਣ 'ਚ, ਇੰਨੀਆਂ ਦੁਖੀਆਂ ਗੱਲਾਂ ਹੀ ਛੱਡ ਦਿਓ, ਸਾਡੀ ਮਿਹਨਤ ਆ ਜੀ, ਦਵਾਈ ਸਾਨੂੰ ਦਿਓ। ਘੱਟ ਤੋਂ ਘੱਟ 15 40 ਕੋ ਤੋਂ ਆਏ ਜੀ, 40 ਕੋ ਤੋਂ ਅਸੀਂ। ਬਲਵੀਰ ਸਿੱਧੂ ਆ ਜਾ, ਚੋਰ ਆ, ਚੋਰ ਵੱਡਾ। ਅਸੀਂ ਕਹਿੰਦੇ ਅਸੀਂ ਮਾਲਕਾਂ ਤੋਂ ਆਏ ਹਾਂ, 40 ਕੋ ਤੋਂ ਸਾਨੂੰ ਇੱਕ ਗੋਲੀ ਮਿਲੀ, ਅਸੀਂ ਕਰ ਕੇ ਧੱਕੇ ਕਰਕੇ। ਅਸੀਂ ਤਾਂ ਜੀ ਆਪ ਨਗਿੰਦਰ ਸਿੰਘ ਕੋਟ ਸੁਖੇ ਤੋਂ ਆਏ ਹਾਂ, ਕੋਟ ਸੁਖੇ। ਹਾਂ, ਮੇਰੀ 80 ਸਾਲ ਦੀ ਉਮਰ ਹੈ, 80 ਸਾਲ ਦੀ, ਅਤੇ ਵੇਖੋ ਇੱਥੇ ਖੜਨਾ ਸੌਖਾ। ਹਾਂ, ਦੋਵੇਂ ਚੁਗਣੇ ਟੁੱਟੇ ਮੇਰੇ, ਅਤੇ ਫਿਰ ਇਹਨੂੰ ਕੀ ਸਹੂਲਤ ਦਿੰਦੇ ਕਿਸੇ ਨੇ? ਆਉਣਾ ਜੀ ਕਿਤੋਂ ਪਵੇ, ਰੋਜ਼ ਆਉਣਾ ਮੁਸ਼ਕਲ ਹੈ। ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੱਲੋਂ ਵੀ ਪੰਜਾਬ ਸਰਕਾਰ ਖਿਲਾਫ ਜੰਮ ਕੇ ਤਿੱਖੇ ਵਾਰ ਕੀਤੇ ਗਏ। ਇਸ ਉਪਰੰਤ ਹਲਕਾ ਵਿਧਾਇਕ ਵੱਲੋਂ ਇਹ ਵੀ ਯਕੀਨ ਦਵਾਇਆ ਕਿ ਉਹ ਜਲਦੀ ਹੀ ਸਿਵਲ ਸਰਜਨ ਫਰੀਦਕੋਟ, ਡਿਪਟੀ ਕਮਿਸ਼ਨਰ, ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਇਸ ਮਸਲੇ ਦਾ ਹੱਲ ਕੱਢਣਗੇ। ਇੱਥੇ ਪਹੁੰਚੇ ਨੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾ। ਆਪਾਂ ਕੁਲਤਾਰ ਸਿੰਘ ਸੰਧਵਾ ਕੋਲ ਜਾਣਾ। MLA ਸਾਹਿਬ, ਆ ਕੀ ਰੋਲ ਹੈ ਜੀ ਇੱਥੇ? ਦੇਖੋ ਜੀ, ਇਹ ਪੰਜਾਬ ਸਰਕਾਰ ਦਾ ਇਹ ਫੇਲਿਓਰ ਹੈ, ਇਹ ਸਰਕਾਰ ਬਿਲਕੁਲ ਨਕੰਮੀ ਹੈ। ਤੁਸੀਂ ਸਾਫ਼ ਪਾਣੀ ਨਹੀਂ ਪੀਣ ਨੂੰ ਦੇ ਸਕਦੇ, ਸਾਨੂੰ ਟਾਈਮ 'ਤੇ ਤੁਸੀਂ ਬਿਜਲੀ ਨਹੀਂ ਦੇ ਸਕਦੇ। ਉਹ ਯਾਰ ਹੋਰ ਗੱਲਾਂ ਛੱਡੋ, ਤੁਸੀਂ ਦਵਾਈ ਵੀ ਨਹੀਂ ਦੇ ਸਕਦੇ। ਆਹ ਸਾਰੇ ਲੋਕ ਕੰਮ ਛੱਡ ਕੇ ਰੋਜ਼ ਇੱਥੇ 5 ਵਜੇ ਆ ਜਾਂਦੇ ਆ, ਇੰਨੇ ਲੋਕ ਇਹ ਕੰਮ ਕਰਨਗੇ ਕਿ ਦਵਾਈ ਲੈਣਗੇ? ਇਹ ਸਰਕਾਰ ਦੀ ਡਿਊਟੀ ਆ, ਉਹ ਦਵਾਈ ਤਾਂ ਪੂਰੀ ਕਰ ਦਿਓ ਪਤੰਦਰੋ। ਉੱਥੇ ਕੋਠੀਆਂ ਬਣਾਈ ਜਾਂਦੇ ਆ, ਪਹਿਲਾਂ ਸੁਖਬੀਰ ਬਾਦਲ ਨੇ ਵੱਡਾ ਸਾਰਾ ਮਹਿਲ ਬਣਾ ਲਿਆ, ਉਹਦੇ ਨਾਲ ਹੀ ਕੈਪਟਨ ਨੇ ਬਣਾ ਲਿਆ। ਸੋ ਮੇਰੀ ਬੇਨਤੀ ਹੈ ਵੀ ਮੈਂ ਕੱਲ੍ਹ ਨੂੰ ਜਾਊਂਗਾ, ਸੋਮਵਾਰ, ਕੱਲ੍ਹ ਨੂੰ ਤਾਂ ਹੈਗਾ ਸ਼ਨੀਵਾਰ, ਮੈਂ ਸੋਮਵਾਰ ਜਾਊਂਗਾ, ਮੰਤਰੀ ਨੂੰ ਮਿਲੂੰਗਾ, ਉਹਦੇ ਬਾਰ 'ਚ ਬੈਠੂੰਗਾ ਵੀ ਸਾਡੇ ਬਜ਼ੁਰਗਾਂ ਨੂੰ, ਸਾਡੇ ਭਰਾਵਾਂ ਨੂੰ ਤੁਸੀਂ ਲੈਣ 'ਚ ਕਿਹੜੇ ਗੱਲੋਂ ਸਾਡਾ ਗੁਨਾਹ ਕੀ ਆ? ਇੱਕ ਪਾਸੇ ਨਸ਼ਾ ਛਡਾਊ ਕੇਂਦਰ 'ਚ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ। ਦਿੰਦੇ ਆ ਸਹੂਲਤਾਂ, ਜਿਹੜੇ ਵੱਡੇ ਵੱਡੇ ਉਹਨਾਂ ਨੂੰ ਦਿੰਦੇ ਸਹੂਲਤਾਂ, ਇਹ ਉਹਨਾਂ ਨੂੰ ਦਵਾਈਆਂ ਵੀ ਘਰੇ ਪਹੁੰਚਦੀਆਂ, ਸਭ ਕੋਲ ਘਰ ਸਭ ਕੋਲ ਹੁੰਦਾ। ਸੋ ਇਹ ਗਰੀਬ ਬੰਦੇ ਆ ਜਿਹੜੇ ਇੱਥੇ ਖੜੇ ਕਰਦੇ ਆ। ਸੋ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਵੀ ਆਪਦਾ ਇੱਕ ਤਾਂ ਵਾਅਦਾ ਪੂਰਾ ਕਰਦੇ, ਉਹ ਵਿਚਾਰੇ ਬਿਮਾਰ ਹੈ ਇਹ, ਤੂੰ ਇਹਨਾਂ ਨੂੰ ਲੈਣੇ 'ਚ ਖੜੇ ਕੀਤਾ। ਸੋ ਇਹਨਾਂ ਦਾ ਇਹ ਸਰਕਾਰ ਫੇਲ ਸਰਕਾਰ ਆ, ਨਕੰਮੀ ਸਰਕਾਰ ਆ। ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ, ਬਲਵੀਰ ਸਿੱਧੂ ਨੂੰ ਘਰੇ ਜਾਣਾ ਚਾਹੀਦਾ। 21 ਕਰੋੜ ਦੀ ਦਵਾਈ ਖਾ ਗਿਆ, ਤੁਹਾਡੀ ਦਵਾਈ ਖਾ ਗਿਆ ਬਲਵੀਰ ਸਿੱਧੂ, 21 ਕਰੋੜ ਦੀ ਦਵਾਈ। ਆਪਾਂ ਪਹੁੰਚੇ ਹਾਂ ਜੀ ਸਿਵਲ ਹਸਪਤਾਲ ਕੋਟਕਪੂਰਾ ਦੇ SMO ਡਾਕਟਰ ਹਰਕਮਲਜੀਤ ਸਿੰਘ ਜੀ ਕੋਲ। ਓਟ ਸੈਂਟਰ 'ਚ ਆ ਰਹੀਆਂ ਮੁਸ਼ਕਲਾਂ ਸਮੱਸਿਆਵਾਂ ਬਾਰੇ ਆਪਾਂ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਟ ਸੈਂਟਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੀ ਲੋਕ ਆਪਣੇ ਐਡੀ ਐਡਿਕਸ਼ਨ ਵਾਸਤੇ ਆ ਰਹੇ ਨੇ, ਉਹਨਾਂ ਨੂੰ ਜਿਵੇਂ ਜਿਵੇਂ ਵੀ ਦਵਾਈਆਂ ਦੀ ਜ਼ਰੂਰਤ ਹੈ, ਪਰ ਉਹਦੀ ਸਪਲਾਈ ਜਿਹੜੀ ਹੈ ਜਿੰਨੀ ਕੁ ਸਾਡੇ ਕੋਲ ਆਉਂਦੀ ਹੈ
ਉਹਦੇ ਮੁਤਾਬਕ ਅਸੀਂ ਉਹਨੂੰ ਵੰਡੀ ਜਾਂਦੇ ਹਾਂ, ਪਰ ਉਹ ਸਪਲਾਈ ਜਿੰਨੀ ਕੁ ਜ਼ਰੂਰੀ ਹੈ ਉਹਦੇ ਮੁਤਾਬਕ ਬਹੁਤ ਘੱਟ ਸਪਲਾਈ ਆ ਰਹੀ ਹੈ। ਅਤੇ ਸੋ ਜਦੋਂ ਹੁਣ ਜਿੰਨੀ ਕੁ ਸਾਨੂੰ ਸਪਲਾਈ ਹੁੰਦੀ ਉਹਦੇ ਮੁਤਾਬਕ ਵੀ ਅਸੀਂ ਉਹਨੂੰ ਵੰਡੀ ਜਾਂਦੇ ਹਾਂ, ਅਤੇ ਉਹਦੇ ਮੁਤਾਬਕ ਫਿਰ ਮੁਸ਼ਕਲ ਤਾਂ ਸਾਰਿਆਂ ਵਾਸਤੇ ਬਣੀ ਹੋਈ ਹੈ। ਹੁਣ ਜਿਹੜੇ ਇਹ ਲੋਕ ਆ ਰਹੇ ਨੇ ਇਲਾਜ ਵਾਸਤੇ, ਅਤੇ ਉਹਨਾਂ ਦਾ ਜਿਹੜਾ ਰਵੱਈਆ ਵੀ ਬੜਾ ਸਾਨੂੰ ਬੇਰੁੱਖਾ ਮਹਿਸੂਸ ਕਰਨਾ ਪੈ ਰਿਹਾ, ਅਤੇ ਇਹ ਬੜੀ ਮੁਸ਼ਕਲ ਦੀ। ਉਹਦੇ ਡਾਕਟਰ ਸਾਹਿਬ ਪ੍ਰਬੰਧ ਕੀ ਕੀਤੇ ਨੇ? ਪ੍ਰਬੰਧ ਇਹ ਹੈ ਵੀ ਅਸੀਂ ਆਪਣੇ ਜੋ ਵੀ ਹੈੱਡਕੁਆਟਰ ਦੇ ਉੱਤੇ ਰਾਬਤਾ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ, ਉਹ ਵੀ ਆਪਣੇ ਮੁਤਾਬਕ ਫਿਰ ਜਿਸ ਤਰ੍ਹਾਂ ਵੀ ਸਾਨੂੰ ਗਾਈਡਲਾਈਨਸ ਭੇਜਦੇ ਨੇ ਵੀ ਹੁਣ ਇੰਨੀ ਦਵਾਈ ਆ ਗਈ ਹੁਣ ਲੈ ਜਾਓ, ਇਸ ਵੇਲੇ ਲੈ ਜਾਓ, ਇੱਦਾਂ ਵੀ, ਅਤੇ ਤੁਰੰਤ ਜਾ ਕੇ ਅਸੀਂ ਉੱਦਾਂ ਉਸੇ ਤਰੀਕੇ ਨਾਲ ਅਸੀਂ ਫੋਲੋ ਕਰੀ ਜਾਂਦੇ ਹਾਂ। ਅਤੇ ਸੋ ਇਹੀ ਸਾਰਿਆਂ ਦੇ ਸਾਹਮਣੇ ਆ ਸਾਰੇ ਹਾਲਾਤ ਸਾਰੇ। ਹਾਂਜੀ ਹਾਂਜੀ, ਪੰਜਾਬ ਦਰਪਣ ਨਿਊਜ਼ ਲਈ ਕੋਟਕਪੁਰਾ ਤੋਂ ਅਰਸ਼ਦੀਪ ਸਿੰਘ ਅਰਸ਼ੀ ਦੀ ਵਿਸ਼ੇਸ਼ ਰਿਪੋਰਟ।